ਆਸਟ੍ਰੇਲੀਆ ਦੀ ਅਗਰ ਆਪਾਂ ਗੱਲ ਕਰੀਏ ਤਾਂ ਕੁਝ ਕੁਝ ਸਮੇਂ ਬਾਅਦ ਜਿਹੜੇ ਅਪਡੇਟਸ ਆਉਂਦੇ ਨੇ ਉਹ ਸ਼ੋ ਕਰ ਰਿਹਾ ਕਿ ਆਸਟ੍ਰੇਲੀਆ ਬਿਲਕੁਲ ਜੈਨੂਇਨ ਸਟੂਡੈਂਟ ਨੂੰ ਹੀ ਆਪਣੇ ਦੇਸ਼ ਵਿੱਚ ਆਪਣੀ ਕੰਟਰੀ ਵਿੱਚ ਜੋ ਹੈ ਐਂਟਰੀ ਦੇਣਾ ਚਾਹੁੰਦਾ। ਸੋ ਹੁਣ ਦੇ ਅਪਡੇਟ ਦੀ ਗੱਲ ਕਰੀਏ ਤਾਂ ਇੰਟਰਵਿਊ ਜਿਹੜੇ ਪਹਿਲਾਂ 2 ਸਾਲ ਲਈ ਵਿੱਚ ਅਸੀਂ ਕਹਿ ਸਕਦੇ ਹਾਂ 3 ਸਾਲ ਲਈ ਨਹੀਂ ਹੋ ਰਹੇ ਸੀ, ਪਰ ਹੁਣ ਫਿਰ ਤੋਂ ਜੋ ਹੈ ਆਸਟ੍ਰੇਲੀਆ ਨੇ ਇੰਟਰਵਿਊ ਸ਼ੁਰੂ ਕਰ ਦਿੱਤੇ ਨੇ। ਸੋ ਇਸ ਨੂੰ ਲੈ ਕੇ ਹੁਣ ਸਟੂਡੈਂਟਸ ਨੂੰ ਕਿਸ ਤਰ੍ਹਾਂ ਦੀ ਤਿਆਰੀ ਰੱਖਣੀ ਚਾਹੀਦੀ ਹੈ, ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਹ ਸਾਰੀ ਇਨਫੋਰਮੇਸ਼ਨ ਅੱਜ ਦੀ ਵੀਡੀਓ ਦੇ ਜ਼ਰੀਏ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਮੈਂ ਹਾਂ ਹਰਜੋਤ ਕੌਰ ਅਤੇ ਤੁਹਾਡੇ ਨਾਲ ਇਹ ਸਾਰੀ ਇਨਫੋਰਮੇਸ਼ਨ ਸਾਂਝੀ ਕਰਨਗੇ GT ਵੀਜ਼ਾ ਤੋਂ ਅਬਰਾਡ ਐਜੂਕੇਸ਼ਨ ਐਡਵਾਈਜ਼ਰ ਹਰਪ੍ਰੀਤ ਕੌਰ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਹਰਪ੍ਰੀਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਹਰਪ੍ਰੀਤ, ਕਿਵੇਂ ਦੇਖਦੇ ਹੋ ਪਹਿਲਾਂ ਤਾਂ ਵੀ ਜਿਹੜਾ ਨਵਾਂ ਅਪਡੇਟ ਆ ਗਿਆ ਇੰਟਰਵਿਊਜ਼ ਨੂੰ ਲੈ ਕੇ, ਤੇ ਇਸ ਤੋਂ ਬਾਅਦ ਸਟੂਡੈਂਟਸ ਨੂੰ ਕਿਹੜੀ ਤਿਆਰੀ ਦੇ ਨਾਲ ਕਿਹੜੀ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਣਾ ਪ੍ਰੋਸੈਸ ਅੱਗੇ ਵਧਾਉਣਾ ਚਾਹੀਦਾ? ਬਿਲਕੁਲ, ਜੇ ਆਪਾਂ ਅੱਜ ਦੇ ਟਾਈਮ 'ਚ ਦੇਖੀਏ ਤਾਂ ਸਟੂਡੈਂਟਸ ਨੂੰ ਜੋ ਹੈਗਾ ਐਮਬੈਸੀ ਤੋਂ ਇੰਟਰਵਿਊਜ਼ ਆਉਣੀ ਸ਼ੁਰੂ ਹੋ ਗਈਆਂ ਨੇ, ਬਟ ਇਸ 'ਚ ਸਟੂਡੈਂਟ ਨੂੰ ਡਰਨ ਦੀ ਕੋਈ ਗੱਲ ਨਹੀਂ ਹੈਗੀ, ਕਿਉਂਕਿ ਇੰਟਰਵਿਊਜ਼ ਉਹਨਾਂ ਦਾ ਰਾਈਟ ਹੈਗਾ। ਇੰਟਰਵਿਊਜ਼ ਬੇਸਿਕਲੀ ਜ਼ਰੂਰੀ ਨਹੀਂ ਹੈ ਕਿ ਉਹ ਪ੍ਰੋਪਰ ਇੰਟਰਵਿਊ ਹੋਏਗਾ, ਹੋ ਸਕਦਾ ਉਹਨਾਂ ਨੂੰ ਕੋਈ ਡਾਕੂਮੈਂਟੇਸ਼ਨ ਦੀ ਰਿਕੁਆਇਰਮੈਂਟ ਹੋ ਜਾਂ ਉਹਨਾਂ ਨੇ ਤੁਹਾਡੇ ਤੋਂ ਕੋਈ ਇਨਫੋਰਮੇਸ਼ਨ ਲੈਣੀ ਹੋਵੇ ਇੱਦਾਂ ਦੀ ਜੋ ਕਿ ਤੁਹਾਡੀ ਫਾਈਲ ਦੇ ਰਿਲੇਟਡ ਹੋਏਗੀ ਐਂਡ ਜੋ ਕਿ ਬਹੁਤ ਜ਼ਿਆਦਾ ਇੰਪੋਰਟੈਂਟ ਹੋਏਗੀ ਕੇਸ ਆਫਿਸਰ ਦੇ ਲਈ, ਤਾਂ ਸਮਟਾਈਮਸ ਇੱਦਾਂ ਹੁੰਦਾ ਕਿ ਉਹ ਇੰਟਰਵਿਊਜ਼ ਵੀ ਲੈਂਦੇ ਨੇ, ਬਟ ਸਮਟਾਈਮ ਹੁੰਦਾ ਕਿ ਉਹ ਤੁਹਾਡੇ ਤੋਂ ਡਾਕੂਮੈਂਟ ਦੀ ਰਿਕੁਆਇਰਮੈਂਟ ਵੀ ਮੰਗ ਸਕਦੇ ਨੇ। ਤਾਂ ਜੇ ਮੈਂ ਇੰਟਰਵਿਊਜ਼ ਦੀ ਗੱਲ ਕਰਾਂ ਤਾਂ ਇੰਟਰਵਿਊਜ਼ ਕੁਝ ਸਾਲ ਪਹਿਲਾਂ ਵੀ ਐਮਬੈਸੀ ਨੇ ਮੈਂਡੇਟਰੀ ਕਰਤੇ ਸੀਗੇ ਪੰਜਾਬ ਐਂਡ ਹਰਿਆਣਾ ਲਈ ਸਪੈਸੀਫਿਕਲੀ। ਸੇਮ ਚੀਜ਼ ਅੱਜ ਦੁਬਾਰਾ ਹੋ ਗਈ ਹੈ ਕਿ ਪੰਜਾਬ ਐਂਡ ਹਰਿਆਣਾ ਦੇ ਉੱਤੇ ਫਿਰ ਦੁਬਾਰਾ ਬਹੁਤ ਜ਼ਿਆਦਾ ਸਟ੍ਰਿਕਟਨੈਸ ਹੋ ਗਈ ਹੈ। ਸਟ੍ਰਿਕਟਨੈਸ ਸਿਰਫ ਇਸ ਕਰਕੇ ਹੋਈ ਹੈ ਕਿਉਂਕਿ ਸਭ ਤੋਂ ਜ਼ਿਆਦਾ ਜੋ ਹੈਗੇ ਹੈ ਮੇਜਰ ਮਾਰਕੀਟ ਆਸਟ੍ਰੇਲੀਆ ਸਟੂਡੈਂਟ ਇੰਟਰਨੈਸ਼ਨਲ ਸਟੂਡੈਂਟਸ ਦੀ ਜੋ ਹੈਗੀ ਹੈ ਪੰਜਾਬ ਐਂਡ ਹਰਿਆਣਾ ਹੈਗੀ ਹੈ। ਪੰਜਾਬ ਐਂਡ ਹਰਿਆਣਾ ਤੋਂ ਮੈਕਸੀਮਮ ਜੋ ਹੈਗੇ ਸਟੂਡੈਂਟਸ ਅਪਲਾਈ ਕਰਦੇ ਨੇ ਆਸਟ੍ਰੇਲੀਆ, ਅਤੇ ਉੱਥੇ ਜਾ ਕੇ ਕੀ ਹੁੰਦਾ, ਬੇਸਿਕਲੀ ਸਟੂਡੈਂਟ ਪੜ੍ਹਦੇ ਨਹੀਂ ਹੈਗੇ ਐਂਡ ਸਟੱਡੀ ਨਹੀਂ ਕਰਦੇ, ਆਪਣੇ ਕਾਲਜਿਸ ਚੇਂਜ ਕਰ ਲੈਂਦੇ ਆ, ਜੋ ਹਾਇਰ ਐਜੂਕੇਸ਼ਨ ਪ੍ਰੋਗਰਾਮ ਲਈ ਗਏ ਸੀ ਤਾਂ ਵੈਟ ਪ੍ਰੋਗਰਾਮ ਦੇ ਵਿੱਚ ਚਲੇ ਜਾਂਦੇ ਨੇ। ਐਂਡ ਜੋ ਪਿੱਛੇ ਜੇ ਅਪਡੇਟ ਵੀ ਆਇਆ ਸੀਗਾ ਲਾਸਟ ਈਅਰ ਕਿ ਆਸਟ੍ਰੇਲੀਆ ਨੇ ਫੁੱਲ ਟਾਈਮ ਜੋ ਹੈਗਾ ਵਰਕ ਪਰਮਿਟ ਸੋਰੀ ਫੁੱਲ ਟਾਈਮ ਜੋ ਹੈ ਪਾਰਟ ਟਾਈਮ ਵਰਕ ਪਰਮਿਟ ਕਰਤਾ ਸੀਗਾ, ਵਰਕ ਰਾਈਟਸ ਕਰਦੇ ਸੀਗੇ, ਅਤੇ ਸਟੂਡੈਂਟਸ ਨੇ ਕਿ ਕਾਲਜਿਸ ਯੂਨੀਵਰਸਿਟੀ ਦੇ ਵਿੱਚ ਜਾਣਾ ਹੀ ਬੰਦ ਕਰਤਾ। ਉਹਨਾਂ ਦਾ ਫੋਕਸ ਹੀ ਮੇਨ ਕੰਮ ਦੇ ਉੱਤੇ ਹੋ ਗਿਆ ਕਿ ਅਸੀਂ ਸਿਰਫ ਕੰਮ ਕਰੀਏ ਅਤੇ ਪੈਸਾ ਕਮਾਈਏ, ਬਟ ਉਹ ਯੂਨੀਵਰਸਿਟੀਜ਼ ਗਏ ਹੀ ਨਹੀਂ। ਇਹ ਵੀ ਇੱਕ ਮੇਨ ਚੀਜ਼ ਹੈਗੀ ਹੈ ਕਿ ਇਸ ਟਾਈਮ ਦੇ ਉੱਤੇ ਐਮਬੈਸੀ ਨੇ ਇੰਟਰਵਿਊਜ਼ ਤਾਂ ਵੀ ਲੈਣੇ ਸ਼ੁਰੂ ਕੀਤੇ, ਕਿਉਂਕਿ ਜੋ ਉਹਨਾਂ ਨੇ ਪਿਛਲਾ ਰਿਕਾਰਡ ਦੇਖਿਆ, ਜੋ ਉਹਨਾਂ ਦੀ ਆਡਿਟਿੰਗ ਹੋ ਕੇ ਹਟੀ ਹੈ, ਉਹਨਾਂ ਨੇ ਬਹੁਤ ਜ਼ਿਆਦਾ ਇਹ ਚੀਜ਼ਾਂ ਨੋਟਿਸ ਕੀਤੀਆਂ ਨੇ ਕਿ ਸਟੂਡੈਂਟ ਯੂਨੀਵਰਸਿਟੀਜ਼ ਦੇ ਵਿੱਚ ਹੀ ਜਾ ਕੇ ਯੂਨੀਵਰਸਿਟੀ ਗਏ ਹੀ ਨਹੀਂ ਜਾਂ ਕਾਲਜ ਦੇ ਵਿੱਚ ਜਾ ਕੇ ਪੜ੍ਹੇ ਹੀ ਨਹੀਂ, ਉਹਨਾਂ ਦਾ ਸਿਰਫ ਫੋਕਸ ਹੀ ਕੰਮ ਕਰਨਾ ਸੀਗਾ। ਤਾਂ ਇਹ ਵੀ ਬਹੁਤ ਬੜਾ ਮੇਨ ਰੀਜ਼ਨ ਹੈਗਾ ਕਿ ਇੰਟਰਵਿਊਜ਼ ਆਉਣੀ ਸ਼ੁਰੂ ਹੋ ਗਈਆਂ ਨੇ। ਅਤੇ ਇੰਟਰਵਿਊਜ਼ ਬਹੁਤ ਜ਼ਿਆਦਾ ਮੁਸ਼ਕਿਲ ਨਹੀਂ ਹੈਗੀ, ਸਿਰਫ ਬੱਚੇ ਦੀ ਪ੍ਰੋਫਾਈਲ ਦੇ ਰਿਲੇਟਿਡ ਹੀ ਹੁੰਦਾ ਕਿ ਉਹਨਾਂ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਉਹਦੇ ਡਾਕੂਮੈਂਟ ਕੀ ਗਏ ਨੇ, ਐਮਬੈਸੀ ਦੇ ਵਿੱਚ ਕੀ ਡਾਕੂਮੈਂਟਸ ਲੱਗੇ ਹੋਏ ਨੇ, ਐਫੀਡੈਵਿਟ ਕੀ ਲੱਗਿਆ ਹੋਇਆ, ਫਾਈਨੈਂਸ਼ੀਅਲਸ ਕੀ ਲੱਗੇ ਹੋਏ ਨੇ, ITRs ਕੀ ਲੱਗੀਆਂ ਹੋਈਆਂ ਨੇ, ITRs ਦੇ ਵਿੱਚ ਅਮਾਊਂਟ ਕੀ ਹੈਗੀ ਹੈ ਰੀਸੈਂਟ ਈਅਰਸ ਦੀ, ਜੇ ਪੇਰੈਂਟਸ ਦੀ ITR ਨੇ ਤਾਂ ਉਹਨਾਂ ਬੱਚੇ ਨੂੰ ਪਤਾ ਹੋਣਾ ਚਾਹੀਦਾ, ਐਂਡ ਆਪਣੀ SOP ਬਾਰੇ ਪਤਾ ਹੋਣਾ ਚਾਹੀਦਾ ਕਿ SOP ਦੇ ਵਿੱਚ ਸਟੂਡੈਂਟ ਨੇ ਕੀ ਲਿਖਿਆ, ਅਤੇ ਇਸ ਰਿਗਾਰਡਿੰਗ ਦੇ ਉਹਨਾਂ ਦੀ ਜੋ ਇੰਟਰਵਿਊ ਇਸ ਰਿਗਾਰਡਿੰਗ ਹੋਏਗੀ। ਜੀ 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 ਬਿਲਕੁਲ। ਸੋ ਇਹਨਾਂ ਚੀਜ਼ਾਂ ਨੂੰ ਤੁਸੀਂ ਜ਼ਰੂਰ ਸਮਝਣਾ ਹੈ, ਅਸੀਂ ਇਸ ਲਈ ਇਸ ਅਪਡੇਟ ਨੂੰ ਲੈ ਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਨਾਲ ਨਾਲ ਤੁਹਾਡਾ ਆਪਣੇ ਵੀ ਕੋਈ ਸਵਾਲ ਹੋਣ ਦਿੱਤੇ ਨੰਬਰ 'ਤੇ ਤੁਸੀਂ ਕਾਲ ਵੀ ਕਰ ਸਕਦੇ ਹੋ, ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਜੋ ਹੈ ਡ੍ਰੌਪ ਜ਼ਰੂਰ ਕਰ ਸਕਦੇ ਹੋ। ਸੋ ਹਰਪ੍ਰੀਤ, ਇੱਥੇ ਜਿੱਥੇ ਚਲੋ ਆਪਾਂ ਆਸਟ੍ਰੇਲੀਆ ਇੰਟਰਵਿਊ ਦੇ ਅਪਡੇਟ ਨੂੰ ਸਾਂਝਾ ਕਰ ਰਹੇ ਹਾਂ, ਉਹਦੇ ਉੱਪਰ ਅਪਡੇਟ ਸਾਰਾ, ਤਾਂ ਮੈਂ ਇੱਥੇ ਗੱਲ ਜ਼ਰੂਰ ਕਰਨਾ ਚਾਹੂੰਗੀ, ਇੰਟਰਵਿਊ ਹੁਣ ਜਿਹਨਾਂ ਦੀ ਫਾਈਲ ਆਲਰੇਡੀ ਪ੍ਰੋਸੈਸ ਦੇ ਵਿੱਚ ਹੈ ਜੁਲਾਈ ਇਨਟੇਕ ਦੇ ਲਈ, ਉਹਨਾਂ ਨੂੰ ਵੀ ਤਿਆਰ ਰਹਿਣਾ ਚਾਹੀਦਾ, ਜਾਂ ਫਿਰ ਇਹ ਜਿਹੜਾ ਅਪਡੇਟ ਹੈ ਨਵੰਬਰ ਇਨਟੇਕ ਦੇ ਲਈ ਐਪਲੀਕੇਬਲ ਹੈ? ਬਿਲਕੁਲ, ਜੇ ਮੈਂ ਇਸ ਟਾਈਮ ਦੇ ਉੱਤੇ ਇੰਟਰਵਿਊਜ਼ ਦੀ ਗੱਲ ਕਰਾਂ ਤਾਂ ਜਿਨ੍ਹਾਂ ਦੀ ਐਮਬੈਸੀ ਦੇ ਵਿੱਚ ਇਸ ਟਾਈਮ ਦੇ ਉੱਤੇ ਫਾਈਲ ਹੈ, ਉਹਨਾਂ ਨੂੰ ਵੀ ਪ੍ਰਿਪੇਅਰਡ ਹੋਣਾ ਚਾਹੀਦਾ ਆਪਣੇ ਇੰਟਰਵਿਊ ਲਈ, ਐਂਡ ਜੋ ਹਜੇ ਆਪਣੇ ਅਪਲਾਈ ਕਰ ਰਹੇ ਨੇ ਉਹਨਾਂ ਨੂੰ ਵੀ ਇਨੀਸ਼ੀਅਲ ਸਟੇਜ 'ਤੇ ਹੀ ਆਪਣੀ ਇੰਟਰਵਿਊ ਦੀ ਤਿਆਰੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ, ਕਿਉਂਕਿ ਇੱਕ ਉਹ ਜਿੱਦਾਂ ਹੁਣ ਮੈਂ ਬੋਲਿਆ ਕਿ ਕੇਸ ਆਫਿਸਰ ਦਾ ਰਾਈਟ ਹੁੰਦਾ ਕਿ ਉਹ ਤੁਹਾਨੂੰ ਕਾਲ ਕਰ ਸਕਦਾ ਅਤੇ ਤੁਹਾਡੇ ਤੋਂ ਕੁਝ ਵੀ ਸਵਾਲ ਪੁੱਛ ਸਕਦਾ ਤੁਹਾਡੀ ਫਾਈਲ ਦੇ ਰਿਲੇਟਿਡ, ਤਾਂ ਸਟੂਡੈਂਟ ਨੂੰ ਜੋ ਹੈਗਾ ਪਤਾ ਹੋਣਾ ਬਹੁਤ ਜ਼ਰੂਰੀ ਜ਼ਰੂਰੀ ਹੈਗਾ ਕਿ ਉਹਦੀ ਫਾਈਲ ਦੇ ਵਿੱਚ ਕੀ ਗਿਆ ਐਂਡ SOP ਦੇ ਵਿੱਚ ਕੀ ਗਿਆ, ਸਾਰਾ ਕੁਝ ਡਾਕੂਮੈਂਟੇਸ਼ਨ ਸਟੂਡੈਂਟ ਨੂੰ ਪਤਾ ਹੋਣੀ ਚਾਹੀਦੀਆਂ ਨੇ, ਕਿਉਂਕਿ ਇਸ ਟਾਈਮ ਦੇ ਉੱਤੇ ਆਸਟ੍ਰੇਲੀਆ ਐਮਬੈਸੀ ਦਾ ਜੋ ਮੇਨ ਫੋਕਸ ਹੈਗਾ ਉਹ ਸਿਰਫ ਪੋਟੈਂਸ਼ੀਅਲ ਸਟੂਡੈਂਟਸ ਦੇ ਉੱਤੇ ਹੈਗਾ ਕਿ ਜੋ ਸਟੂਡੈਂਟ ਐਕਚੁਅਲ ਦੇ ਵਿੱਚ ਆਸਟ੍ਰੇਲੀਆ ਆ ਕੇ ਪੜ੍ਹਨਾ ਚਾਹੁੰਦੇ ਨੇ, ਐਜੂਕੇਸ਼ਨ ਗੇਨ ਕਰਨਾ ਚਾਹੁੰਦੇ ਨੇ, ਆਪਣਾ ਕਰੀਅਰ ਬਣਾਉਣਾ ਚਾਹੁੰਦੇ ਨੇ, ਉਹ ਸਿਰਫ ਉਹਨਾਂ ਸਟੂਡੈਂਟਸ ਨੂੰ ਹੀ ਟਾਰਗੇਟ ਕਰਨਗੇ ਵੀਜ਼ਾ ਦੇਣ ਲਈ, ਜੋ ਸਟੂਡੈਂਟ ਦਾ ਫੋਕਸ ਹੀ ਨਹੀਂ ਹੈਗਾ ਸਟੱਡੀ ਕਰਨ ਦਾ, ਉਹਨਾਂ ਨੂੰ ਹੋਪਫੁਲੀ ਹੋ ਸਕਦਾ ਕਿ ਉਹ ਰਿਫਿਊਜ਼ ਵੀ ਕਰ ਦੇਣ, ਤਾਂ ਜੋ ਵੀ ਸਟੂਡੈਂਟ ਦੀ ਹਜੇ ਵੀ
बोलूंगी या अपनी इंटरव्यूज की तैयारी करना शुरू कर दो सो दैट कॉल जो है तो कदे भी आ सकती है। बिल्कुल ये सही गल कही है हरप्रीत के बहुत एक चंगी प्रोफाइल जो है आस्ट्रेलिया लेना चाहते इसीलिए असं देख सकते पिछले कुछ ही समय के जिस तरह के अपडेट्स आए हैं सो जरूर एक असी अपनी इस वीडियो के जरिए भी स्टूडेंट्स को कहना चाहेंगे जेन्यून वे ही अपलाई करो कोई भी फेक डॉक्यूमेंट कदे भी ना लगाओ अपनी प्रोफाइल के जेन्यून वे अपना प्रोसैस कंप्लीट करते हुए अपना स्टडी वीजा हासिल कर सको। सो मैं इस वीडियो के एंड हरप्रीत जरूर नवंबर इनटेक के लिए डेडलाइनस बारे भी जानना चाहूँगी ताकि स्टूडेंट सिर्फ सोचते ना रहन तैयारी करके टाइमली अपनी फाइल प्रोसैस करवा दें। बिल्कुल जो स्टूडेंट जो है नेक्स्ट इनटेक लिए अप्लाई करना चाहते हैं जिन्हों का कि डिले हो रहा उन्होंने लग रहा है कि वो जुलाई इनटेक लिए नहीं अप्लाई कर सकते नेक्स्ट इनटेक दे विच अप्लाई करना चाहते हैं तो मैं ये चीज़ बोलूँगी कि हर यूनिवर्सिटी के जो है नवंबर इनटेक तो नहीं मिलेगा कुछ चुनिंदा यूनिवर्सिटीज़ ही है जिन्हें नवंबर या अक्टूबर इनटेक्स अवेलेबल है तो स्टूडेंट जो है जिन्ना जल्दी अप्लाई कर लेंगे उन्ना ज़्यादा बेनीफिट होएगा क्योंकि हुण हर यूनिवर्सिटी के विच इनटेक नहीं है नवंबर इस करके कुछ ही यूनिवर्सिटीज़ के विच नवंबर या अक्टूबर इनटेक है तो रश बहुत ज़्यादा होएगा तो सोचो कि कॉम्पीटिशन भी बहुत ज़्यादा होएगा तो एडमिशन लेना बहुत औखा हो जाएगा जी टी अप्रूवल भी बहुत औखी हो जाएगी तो जो भी स्टूडेंट अपना अपलाई करना चाहता है परफेक्ट टाइम है अपलाई करन दा कि तुसी नवंबर इनटेक लिए अपलाई करो सो दैट तुहाडी जी टी जो हैगी टाइमली अप्रूव हो सके ते तुहाडी फाइल एम्बेसी दे विच लग सके। ठीक है सो हरप्रीत जिहड़े जुलाई इनटेक विच जिन्हां दी फाइल प्रोसैस दे विच है किन्ना कु टाइम लग रहा है जी टी क्लीयर होने दे विच जिन्ना ने हजे जुलाई इनटेक दे विच अपना अप्लाई किया होया तो जी टी का जो करंटली टाइम हैगा बच्चों नू 40 तो 45 दिन लग रहे ने जिन्ना ने तो स्टार्टिंग इनी अपने 6 महीने पहला तो ही जुलाई इनटेक का प्रोसैस स्टार्ट कर लिया सी उन्होंने तो फटाफट केस निकल चुके ने बट जो स्टूडेंट्स है उन्होंने अपना प्रोसैस ही लेट स्टार्ट कराया उन्होंने टाइम लग रहा है क्योंकि यूनिवर्सिटीज़ के रश बहुत ज़्यादा हैगा एंड जुलाई एंड फैब जो है आस्ट्रेलिया का वैसे भी मेन मेजर इनटेक्स है इस करके इस इनटेक रश बहुत ज़्यादा है होपफुली जो है स्टूडेंट्स नू काफ़ी टाइम लग रहा है कईयों एक महीना भी लग रहा है डेढ़ महीना भी लग रहा है दो महीने भी लग रहा है जी टी अप्रूव होने दे विच। ठीक है तो मैं थोड़ा जिहा दोबारा बल्कि गल करना चाहूँगी नवंबर इनटेक नू लैके जिहड़े हुण फ्रैश पास आउट स्टूडेंट है वो लास्ट कदों तक अपनी पूरे डॉक्यूमेंट्स वगैरह कंप्लीट करके अप्लाई कर दें राइट टाइम की मानते हो? बिल्कुल जे मैं गल करा प्लस टू 2022 पास आउट वाले उन्हां लई तां जे जुलाई इनटेक कर लैण तां सब तो बेस्ट हैगा अदरवाइज स्टूडेंट का जो डिले हो भी रहा है तो अपना नवंबर इनटेक ले एप्लीकेशन अप्लाई कर दे क्योंकि जिदा कि मैं लास्ट टाइम भी बोलिया सीगा कि जे जो भी तुसी अपना 6 महीने तो ज़्यादा गैप पाने स्टडीज तो बाद तो हमेशा एम्बेसी नू ते यूनिवर्सिटी नू जस्टिफिकेशन देनी पैंदी है गैप की तो हुण तुहाडा ऑलरेडी गैप बहुत ज़्यादा हो रहा है तो तुहानू गैप जस्टिफिकेशन जो हैगी उन्होंने प्रॉपर देनी पएगी एंड स्टूडेंट जो हैगा बाई पास आउट वाला मैं यही सुजैसट करूँगी यही एडवाइस करूँगी कि तुसी नवंबर इनटेक दे विच जल्दी तो जल्दी अप्लाई कर लो सो दैट कि तुसी नवंबर इनटेक दे विच नवंबर इनटेक दे विच ही जा पाओ एंड तुहाडा डेफर ना होवे फरवरी 2024 लई ते जो स्टूडेंट्स 2023 पास आउट ने उन्हां कोल ऑलरेडी और नवंबर इनटेक का बेनीफिट भी है एंड फरवरी इनटेक का भी बेनीफिट है जी बिल्कुल सो तुसी टाइमली राइट प्रोसैस के नाल अगे वधो इसलिए असं इनफॉर्मेटिव वीडियोज लैके आने कोई थोड़ा अपना डाउट होवे सवाल होवे दिते नंबर ते तुसी कॉल कर सकते हो कमेंट सैक्शन में भी अपने सवाल ड्रॉप कर सकते हो सो बहुत बहुत थैंक्स हरप्रीत के तुसी अज आस्ट्रेलिया नू लैके कई पॉइंट्स जो है स्टूडेंट्स नाल क्लीयर किए ने ते स्टूडेंट्स नू जरूर कहना चाहेंगे अज की वीडियो चंगी लगी है इनफॉर्मेटिव लगी है तो इसनू लाइक एंड शेयर जरूर कर देना तो अगों भी तुहाडे लई असीं होर इनफॉर्मेटिव वीडियोज लैके आते रहेंगे फिलहाल लिए सानू दिओ जी इजाजत धन्यवाद सत श्री अकाल जी।